ਸਤਗੁਰ ਪ੍ਰਤਾਪ ਸਿੰਘ SPS ਹਸਪਤਾਲ ਵੱਲੋਂ ਜਨਮ ਤੋਂ ਹੀ ਗੂੰਗੇ ਬੋਲੇ ਬੱਚਿਆਂ ਦੀ ਮੇਰੀ ਆਵਾਜ਼ ਸੁਣੋ ਮੁਹਿੰਮ ਤਹਿਤ ਬੋਲੇਪਨ ਦੇ ਖਿਲਾਫ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਸਥਾਨਕ ਹੋਟਲ ਵਿਖੇ ਪੱਤਰਕਾਰ ਮਿਲਣੀ ਦੌਰਾਨ ਡਾਕਟਰ ਰਾਜੀਵ ਕਪਲਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ WHO ਮੁਤਾਬਕ ਦੁਨੀਆ ਭਰ ਵਿੱਚ 466 ਮਿਲੀਅਨ ਤੋਂ ਵੱਧ ਲੋਕ ਬੋਲੇ ਹਨ, ਜੋ ਦੁਨੀਆ ਦੀ ਆਬਾਦੀ ਦਾ 5% ਬਣਦਾ ਹੈ। 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ 50 ਲੱਖ ਤੋਂ ਵੱਧ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਸੁਣਨ ਤੋਂ ਵਾਂਝੇ ਹਨ। ਪੈਦਾ ਹੋਣ ਵਾਲੇ 1000 ਬੱਚਿਆਂ ਵਿੱਚੋਂ ਇੱਕ ਬੱਚਾ ਬੋਲੇਪਨ ਨਾਲ ਪੀੜਿਤ ਹੁੰਦਾ ਹੈ, ਜਿਸ ਨੂੰ ਕੋਕਲੀਅਰ ਇੰਪਲਾਂਟ ਦੀ ਲੋੜ ਹੁੰਦੀ ਹੈ। ਉਹਨਾਂ ਦੱਸਿਆ ਕਿ SPS ਹਸਪਤਾਲ ਲੁਧਿਆਣਾ ਵੱਲੋਂ ਪਿਛਲੇ ਮਹੀਨੇ ਹੀ ਆਪਣੀ 10ਵੀਂ ਕੋਕਲੀਅਰ ਇੰਪਲਾਂਟ ਸਰਜਰੀ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਬਾਇਲਿਟਰਲ ਸਿਮਲਟੇਨੀਅਸ ਦੋਨੇ ਕੰਨਾਂ 'ਤੇ ਕੋਕਲੀਅਰ ਇੰਪਲਾਂਟ ਕੀਤਾ ਗਿਆ ਹੈ। ਇਸ ਮੌਕੇ ਡਾਕਟਰ ਅਜੇ ਅੰਗਰੀਸ਼ ਅਤੇ ਹਸਪਤਾਲ ਦੇ ਡਾਇਰੈਕਟਰ ਜੈ ਸਿੰਘ ਨੇ ਇਹ ਵੀ ਦੱਸਿਆ ਕਿ ਬੇਹੱਦ ਗਰੀਬ ਬੱਚਿਆਂ ਦਾ ਕੋਕਲੀਅਰ ਇੰਪਲਾਂਟ SPS ਹਸਪਤਾਲ ਵਿਖੇ ਬਿਲਕੁਲ ਮੁਫਤ ਹੋ ਸਕਦਾ ਹੈ। ਮੈਂ ਡਾਕਟਰ ਰਾਜੀਵ ਕਪਿਲਾ, ਮੈਂ ਇੱਕ ENT ਸਪੈਸ਼ਲਿਸਟ ਡਾਕਟਰ ਇਨ SPS ਅਪੋਲੋ ਹੋਸਪਿਟਲ। ਸੋ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਂਡ ਬਹੁਤ ਹੀ ਸੈਂਸਿਟਿਵ ਇਸ਼ੂ ਨੂੰ ਲੈ ਕੇ ਇੱਥੇ ਆਏ ਹਾਂ, ਜਿਹੜਾ ਕਿ ਡੈਫਨੈਸ ਹੈ ਐਂਡ ਕੰਜਨਾਈਟਲ ਡੈਫਨੈਸ ਹੈ ਉਹਨਾਂ ਬੱਚਿਆਂ ਲਈ ਜਿਹੜੇ ਪੈਦਾ ਹੁੰਦੇ ਹੀ ਸੁਣ ਨਹੀਂ ਸੀ ਸਕਦੇ ਸੀ, ਐਂਡ ਕਿਉਂਕਿ ਉਹ ਪੈਦਾ ਹੁੰਦੇ ਸੁਣ ਨਹੀਂ ਸਕਦੇ ਇਸ ਲਈ ਉਹ ਬੋਲ ਨਹੀਂ ਸਕਦੇ, ਔਰ ਉਹ ਸੋਸਾਇਟੀ ਦੇ ਵਿੱਚ ਡੈਫ ਐਂਡ ਡੰਬ ਕਹਿਲਾਉਂਦੇ ਆ, ਜਦਕਿ ਉਹ ਡੰਬ ਨਹੀਂ ਹੁੰਦੇ, ਉਹ ਨੋਰਮਲ IQ ਦੇ ਬੱਚੇ ਹੁੰਦੇ ਆ ਜਾਂ ਈਵਨ ਹਾਇਰ IQ ਦੇ ਬੱਚੇ ਹੁੰਦੇ ਆ। ਸੋ ਇਹ ਅੱਜ ਦਾ ਦਿਨ ਉਹਨਾਂ ਬੱਚਿਆਂ ਦੇ ਲਈ ਹੈ ਕਿ ਉਹ ਬੱਚੇ ਨੋਰਮਲ ਹੋ ਸਕਦੇ ਆ ਜੇ ਆਪਾਂ ਐਜ ਏ ਸੋਸਾਇਟੀ ਸਜਗ ਹੈ, ਜੇ ਇਸ ਚੀਜ਼ ਦੀ ਅਵੇਅਰਨੈਸ ਹੈ, ਜੇ ਅਸੀਂ ਉਸਨੂੰ ਡੈਫਨੈਸ ਨੂੰ ਅਰਲੀ ਡਿਟੈਕਟ ਕਰ ਸਕਦੇ ਹਾਂ, ਐਂਡ ਅਸੀਂ ਉਹਨਾਂ ਬੱਚਿਆਂ ਨੂੰ ਹੇਅਰਿੰਗ ਦੇ ਸਕਦੇ ਹਾਂ ਜਿਹੜੀ ਕਿ ਪੋਸੀਬਲ ਹੈ ਉਹ ਹੇਅਰਿੰਗ ਕੋਕਲੀਅਰ ਇੰਪਲਾਂਟ ਸਰਜਰੀ ਦੇ ਥਰੂ। ਸੋ ਇਹ ਬੱਚੇ ਹਨ ਜਿਨ੍ਹਾਂ ਨੂੰ ਇੰਪਲਾਂਟ ਆਲਰੇਡੀ ਕੀਤਾ ਗਿਆ ਹੈ, ਇਹ ਅਨਮੋਲ ਹੈ ਜਿਸਦਾ ਇੰਪਲਾਂਟ ਹੋਇਆ ਹੈ, ਐਂਡ ਹੀ ਵਾਜ਼ ਪਹਿਲਾਂ ਉਸ ਦੇ ਬੱਚਿਆਂ ਦਾ ਸੀ, ਬਟ ਹੁਣ ਇਹ ਗੱਲਬਾਤ ਕਰ ਸਕਦਾ, ਹੁਣ ਇਹ ਸਮਝ ਸਕਦਾ, ਹੁਣ ਇਹ ਸਵਾਲ ਦੇ ਜਵਾਬ ਵੀ ਦੇ ਸਕਦਾ। ਇਹ ਅਭਿਜੀਤ ਹੈ ਜਿਸਦਾ ਆਪਰੇਸ਼ਨ ਹਲੇ ਮਹੀਨਾ ਪਹਿਲਾਂ ਹੀ ਹੋਇਆ, ਇਹ ਹੁਣ ਇਸਦਾ ਲੈਵਲ ਹੈ, ਇਹ ਸੁਣ ਤਾਂ ਸਕਦਾ ਬਟ ਹਲੇ ਬੋਲ ਨਹੀਂ ਸਕਦਾ। ਸਿਮਿਲਰਲੀ ਅਕਸ਼ ਹੈ, ਅਕਸ਼ ਦਾ ਆਪਰੇਸ਼ਨ ਦੋਨਾਂ ਕੰਨਾਂ ਦਾ ਆਪਰੇਸ਼ਨ ਹੋਇਆ, ਬਾਇਲੇਟਰਲ ਕੋਕਲੀਅਰ ਇੰਪਲਾਂਟ ਹੋਇਆ, ਵਿਚ ਇਜ਼ ਆਫ ਦਾ ਫਸਟ ਆਫ ਇਟਸ ਕਾਇੰਡ ਇਨ ਦਿਸ ਪਾਰਟ ਆਫ ਦਾ ਰੀਜਨ, ਇਹ ਹੁਣ ਦੋਨਾਂ ਕੰਨਾਂ ਤੋਂ ਸੁਣ ਸਕਦਾ। ਸੋ ਗੌਰਮੈਂਟ ਹਾਂ, ਗੌਰਮੈਂਟ ਕਿਉਂਕਿ ਇਹ ਬਹੁਤ ਹੀ ਸੋਸ਼ਲ ਔਰ ਸੈਂਸਿਟਿਵ ਇਸ਼ੂ ਹੈ, ਤੋ ਸਰਕਾਰ ਨੇ ਐਡਿਪ ਸਕੀਮ ਇਨ ਬੱਚੋਂ ਕੇ ਲੀਏ ਖੋਲੀ ਹੈ, ਜਿਸ ਕੇ ਅੰਦਰ ਜੋ ਪੂਅਰ ਫੈਮਿਲੀਜ਼ ਹੈ, ਜਿਨਕੀ ਫੈਮਿਲੀ ਕੀ ਮੰਥਲੀ ਇਨਕਮ 15,000 ਜਾਂ ਉਸਸੇ ਕਮ ਹੈ, ਉਸਕੇ ਲੀਏ ਇਹ ਸਰਜਰੀ ਬਿਲਕੁਲ ਫ੍ਰੀ ਹੋਤੀ ਹੈ, ਉਨਕੋ ਇੰਪਲਾਂਟ ਫ੍ਰੀ ਮਿਲਤਾ ਹੈ। ਇਹ ਪ੍ਰੋਬਲਮ ਰੇਅਰ ਨਹੀਂ ਹੈ ਜੀ, ਇਹ ਪ੍ਰੋਬਲਮ ਕਾਫੀ ਕਾਮਨ ਹੈ, ਐਵਰੀ 1000 ਬਰਥਸ ਮੇ ਸੇ ਇੱਕ ਬੱਚਾ ਐਸਾ ਹੋਤਾ ਹੈ ਜਿਸਕੋ ਬਹੁਤ ਸਵੀਅਰ ਡੈਫ ਹੈ, ਪ੍ਰੋਫਾਊਂਡ ਡੈਫ ਹੈ, ਜਿਸਕੋ ਇੰਪਲਾਂਟ ਕੀ ਜ਼ਰੂਰਤ ਹੈ, ਐਂਡ ਡੈਫਨੈਸ ਤੋਂ ਬਹੁਤ ਜ਼ਿਆਦਾ ਹੈ, ਉਸਕੀ ਇੰਸੀਡੈਂਸ ਤੋ ਜਨਰਲ ਪਾਪੂਲੇਸ਼ਨ ਮੇ ਅਰਾਊਂਡ 5% ਹੈ, ਬਟ ਇਨ ਬੱਚੋਂ ਕਾ ਜਿਨਕੋ ਇੰਪਲਾਂਟ ਕੀ ਜ਼ਰੂਰਤ ਹੈ ਵੋ 1%। ਹਾਂ, ਉਨਕੇ ਲੀਏ ਸਬਸੇ ਪਹਿਲੇ ਤੋ ਹਮ ਜਬ ਬੱਚੇ ਹਮਾਰੇ ਪਾਸ ਆਤੇ ਹੈ, ਹਮ ਅਸੈਸ ਕਰਤੇ ਹੈ, ਕੁਛ ਟੈਸਟ ਕਰਤੇ ਹੈ ਕਿ ਇਹ ਬੱਚੇ ਕੋ ਸੁਣਾਈ ਨਹੀਂ ਦੇ ਰਹਾ, ਜਬ ਹਮਾਰਾ ਕਨਫਰਮ ਹੋ ਜਾਤਾ ਹੈ ਕਿ ਦਿਸ ਚਾਈਲਡ ਕੈਨ ਨਾਟ ਹੀਅਰ, ਫਿਰ ਹਮ ਉਸਕੇ ਕੁਛ ਰੇਡੀਓਲੋਜੀਕਲ ਟੈਸਟ ਕਰਤੇ ਹੈ, ਜਿਸ ਸੇ ਇਹ ਕਨਫਰਮ ਕਰਤੇ ਹੈ ਕਿ ਬੱਚੇ ਕੋ ਹਮ ਕੋਕਲੀਅਰ ਇੰਪਲਾਂਟ ਕਰ ਸਕਤੇ ਹੈ, ਇਸਕੇ ਕਾਨ ਮੇ ਕੋਕਲੀਆ ਹੈ, ਫਿਰ ਉਸਕੇ ਬਾਅਦ ਹਮ ਫਾਈਲ ਬਣਾ ਕੇ ਸੈਂਟਰਲ ਗਵਰਨਮੈਂਟ ਕੋ ਅਪਲਾਈ ਕਰ ਸਕਤੇ ਹੈ ਕਿ ਇਹ ਬੱਚੇ ਕੀ ਉਸਮੇ ਹਮੇ ਉਸਕਾ ਇੱਕ ਇਨਕਮ ਕਾ ਸਰਟੀਫਿਕੇਟ ਚਾਹੀਏ ਹੋਤਾ ਹੈ, ਜੋ ਕਿ ਤਹਿਸੀਲਦਾਰ ਜਾਂ ਉਸਸੇ ਮਿਲਤਾ ਹੈ, ਸੋ ਫਿਰ ਹਮ ਸੈਂਟਰਲ ਗਵਰਨਮੈਂਟ ਕੋ ਭੇਜ ਦਿੱਤੇ ਹੈ, ਫਿਰ ਉਨਕੀ ਤਰਫ ਸੇ ਅਪਰੂਵਲ ਆ ਜਾਤਾ ਹੈ। ਬਾਈ ਬਰਥ ਕੁਛ ਬਹੁਤ ਰੇਅਰ ਕੰਡੀਸ਼ਨਸ ਹੈ ਜਿਸਮੇ ਬਾਅਦ ਮੇ ਹੋਤਾ ਹੈ, ਬਟ ਮੋਸਟਲੀ ਬਾਈ ਬਰਥ ਹੋ ਜਾਤਾ ਹੈ। ਇਸਕੇ ਟ੍ਰੀਟਮੈਂਟ ਮੇ ਦੇਖੋ, ਆਪਰੇਸ਼ਨ ਤੋ ਬਹੁਤ ਸਿੰਪਲ ਹੈ, 1.5 ਘੰਟੇ ਕਾ ਆਪਰੇਸ਼ਨ ਹੈ, 2 ਦਿਨ ਮੇ ਪੇਸ਼ੈਂਟ ਕੋ ਘਰ ਚਲਾ ਜਾਤਾ ਹੈ। ਨਹੀਂ,
उसको आवाज़ सुनेगी, इट इज़ जस्ट लाइक, जो इसके दो पार्ट होते हैं, एक तो कान के अंदर हम ऑपरेशन करके फिक्स कर देते हैं, एक कान के बाहर लगता है जिसे हम प्रोसेसर बोलते हैं। वो प्रोसेसर का काम है साउंड को रिसीव करना और अंदर वाले पार्ट को दे देना। वो अंदर वाला पार्ट फिर कॉकलिया को साउंड देता है एंड बच्चा बोलता है, बट ये प्रोसेसर लगा रहता है जैसे जस्ट लाइक ए हेयरिंग एड। सो क्योंकि इसने साउंड अंदर वाले पार्ट को देनी है, तो इट इज नॉट कि बाहर से लगा रहता है परमानेंटली। हाँ, बट नाउ डेज बहुत सारे ऐसे प्रोसेसर आ गए हैं जो बहुत पतले हैं, जो दिखते नहीं है, जो बालों में ही छुप जाते हैं। बिल्कुल चेंज हो जाता है, बिल्कुल चेंज हो जाता है। सो मैसेज, ये बहुत इम्पोर्टेंट है मैसेज, यही है कि मेरी आवाज़ सुनो। इसमें मेरी जो ये कह रहे हैं, ये बच्चे कह रहे हैं जिनको सुनता नहीं है और जो बोलता नहीं है, फिर भी वो कह रहे हैं, उनकी साइलेंस कह रही है एज ए सोसाइटी, सारी सोसाइटी को, कि आप उनको सुनो, वो बोल सकते हैं एंड कल को सोसाइटी में खड़े होके अपनी आवाज़ फुट कर सकते हैं और एक्चुअली में कह सकते हैं कि मेरी आवाज़ सुनो। सो दे कैन ब्रिंग फोर्थ ए चेंज इन द सोसाइटी। मैसेज में आप लोगों की हेल्प ये चाहिए कि ये अवेयरनेस जो है ना, ये एक बड़ा स्ट्रांग मीडिया है जो कि ये कन्वे कर सकता है कि अगर बच्चा डेफ है कंजेनिटली तो डोंट डिसऑर्डर, उसको दिखाओ और उसका टाइमली जो है इलाज कराओ। दैट इज एक्चुअली द मैसेज। लुधियाना तो गुरमीत निजर की रिपोर्ट, कैमरामैन विकास के नाल, फॉक्स.पंजाबी, योर सिटी योर न्यूज़।